ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣਕਾਰੀ ਮਿਲ ਸਕੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਚਾਹੁੰਦੀ ਆ ਇੱਕ ਸ਼ਾ ਸਰਫ ਦਾ ਪੀਰ ਸੀ ਉਹਨੇ ਗੁਰੂ ਜੀ ਨੂੰ ਪ੍ਰੇਸ਼ਨ ਕੀਤਾ ਸੀ ਉਹਦੇ ਕੀ ਉੱਤਰ ਦਿੰਦੇ ਨੇ ਗੁਰੂ ਨਾਨਕ ਦੇਵ ਜੀ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ ਪ੍ਰੇਸ਼ਨ ਉੱਤਰ ਅਵਲ ਫਕੀਰੀ ਚੇਸਤ ਮਤਲਬ ਪਹਿਲਾ ਫਕੀਰੀ ਕੀ ਹੈ ਅੱਖਰ ਫਕੀਰੀ ਚਿਸਤ ਅੰਤ ਫਕੀਰੀ ਕੀ ਹੈ ਉੱਤਰ ਆਦ ਫਕੀਰ ਫਨਾ ਹੈ ਅੰਤ ਫਕੀਰੀ ਮੁਕਤੀ ਹੈ ਇਸ ਸਵਾਲ ਦੇ ਨਾਲ ਚਿਸਤ ਦੇ ਜਵਾਬ ਦੇ ਕੇ ਅਸਤ ਜੋੜ ਲੈਣੇ ਫਕੀਰੀ ਦੇ ਸਵਾਲ ਜਵਾਬ ਅਸੀਂ ਕੇਵਲ ਪੰਜਾਬੀ ਵਿੱਚ ਹੀ ਲਿਖਦਾ ਹਾਂ ਹਾਂ ਤੇ ਸਵਾਲ ਕੀ ਨੇ ਤੇ ਜਵਾਬ ਕੀ ਨੇ ਮੈਂ ਤੁਹਾਨੂੰ ਦੱਸਣਾ ਚਾਹਨੀ ਹੈ ਪਹਿਲੇ ਕੁੰਜੀ ਕੀ ਹੈ ਗੁਰੂ ਨਾਨਕ ਦੇਵ ਜੀ ਦਾ ਜਵਾਬ ਹੈਗਾ ਅਭਿਆਸ ਜੰਜੀਰੀ ਕੀ ਹੈ ਬੰਦਗੀ ਨੰਬਰ 3 ਮਕਬਰਾ ਕੀ ਹੈ ਹਲੇਮੀ ਗੰਛ ਕੀ ਹੈ ਸਤਸੰਗ ਨੀਤੀ ਵਿਸਤਾਰ ਕੀ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗਿਆਨ ਵਿਸਤਾਰ ਕੀ ਹੈ ਅਕਲ ਤੇ ਇਲਾਮ ਖੁਸ਼ੀ ਕੀ ਹੈ ਤਿਦਾਰ ਖੁਰਾਕ ਕੀ ਹੈ ਸਬੂਰੀ ਜਮਾ ਕੀ ਹੈ सच्चाई कफनी की है ज्योंदे मरना दृढ़ता की है आसन पक्का नफा की है एकता पहाड़ी की है सफाई टोपी की है खुशी खुशी पाना मनना कर की है बेफिक्री बचन की है सच किश्ती है ਗੁਣ ਕਰਾਈ ਹੋਣਾ ਲੰਗੋਟ ਕੀ ਹੈ ਜੱਤ ਮੁਕਤੀ ਕੀ ਹੈ ਹੱਠ ਸਿਰੜ ਵਜੂਦ ਕੀ ਹੈ ਸਬ ਦਾ ਪ੍ਰਿਆਰ ਬਾਂਹਾਂ ਕੀ ਹਨ ਮੈਤਰੀ ਆਸਣ ਕੀ ਹੈ ਲੋਹੇ ਦੀ ਕਿੱਲੀ ਦਾ ਹੋਣਾ ਸਫਰ ਕੀ ਹੈ ਪਾਉਣ ਦੀ ਪੁੱਠੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤੇ ਸੀ ਜਦੋਂ ਉਹਨਾਂ ਨੇ ਛਾ ਸਰਫ ਨੇ ਸਵਾਲ ਪੁੱਛੇ ਸੀ ਜਦ ਇਸ ਤਰ੍ਹਾਂ ਦੇ ਉੱਤਰ ਬਾਬਾ ਜੀ ਨੇ ਦਿੱਤੇ ਤਾਂ ਫਿਰ ਪੀਰ ਨੇ ਪੁੱਛਿਆ ਫਕੀਰੀ ਦਾ ਲਿਬਾਸ ਦਿੰਦਾ ਹੈ ਉਹ ਫਕੀਰੀ ਦਾ ਲਿਬਾਸ ਪੁੱਛਦਾ ਉਹਦੇ ਸਵਾਲ ਕਰਦਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਫਕੀਰੀ ਦਾ ਲਿਬਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ